ਲੋਕ ਰਾਜੂ ਨੂੰ ਸ਼ੂਜ਼। ਮੇਰੇ ਦੋਸਤੋ ਤੁਸੀਂ ਲੋਕਾਂ ਮੈਨੂੰ ਵੋਟ ਦੇ ਕੇ ਕਾਮਯਾਬ ਕੀਤਾ, ਅੱਜ ਰਾਜੂ ਤੋਂ ਰਜਬ ਅਲੀ ਬਣਿਆ ਔਰ ਕਿਸੇ ਦਾ ਵੀ ਕੋਈ ਮਸਲਾ ਮਸਾਇਲ ਹੋਵੇ ਮੈਨੂੰ ਦੱਸਣਾ। ਦੱਸੋ ਕੀ ਗੱਲ ਹੈ? ਤੁਹਾਡਾ ਫੋਨ ਆ ਰਿਹਾ ਰਜਬ ਸਾਹਿਬ, ਤੁਹਾਡਾ ਫੋਨ ਆ ਰਿਹਾ। ਰਜਬ ਅਲੀ ਬੋਲਣ ਡਿਆ ਜੀ। ਮੈਂ ਕਹਿਣ ਡਿਆ ਬੋਲੇ ਕੋਈ ਨਾ ਜੀ। ਉਹ ਆਪ ਬੋਲਣ ਡਿਆ ਜੀ। ਔਰ ਕੌਣ? ਅੱਬਾ ਜੀ ਰਾਜੂ ਹੀ ਬੋਲਣ ਡਿਆ। ਅੱਬਾ ਜੀ ਦਾ ਫੋਨ ਚ। ਅੱਬਾ ਜੀ ਤੁਸੀਂ ਬੱਤਰ ਲਾਓ, ਮੈਂ ਆਇਆ। ਪਿੰਡ ਦੇ ਸਾਰੇ ਮਸਲੇ ਹੱਲ ਕਰਾਂਗਾ। ਸਰ ਮੇਰਾ ਇੱਕ ਮਸਲਾ ਕੀ? ਸਰ ਮਹਿੰਗਾਈ ਬਹੁਤ ਹੋ ਗਈ ਹੈ। ਇਹ ਮਹਿੰਗਾਈ ਦਾ ਬਿਲਕੁਲ ਖਾਤਮਾ ਕਰ ਦਿਆ। ਸੁਣਦੇ ਹੋ? ਇਹ ਮਹਿੰਗਾਈ ਦੀ ਗੱਲ ਮੈਂ ਅਸੈਂਬਲੀ ਚ ਬਹਿ ਕੇ ਵੀ ਕਰਾਂਗਾ। ਸ਼ਾਬਾਸ਼। ਉਹ ਗਜ਼ਬ ਖੁਦਾ ਦਾ, ਇੰਨੀ ਮਹਿੰਗਾਈ 3 ਰੁਪਏ ਦਾ ਬਲੇਡ ਕਰ ਦਿੱਤਾ ਇਹਨੇ। ਚਲੋ ਬੇਟੇ, ਹਮਾਮ ਜ਼ੇਨ ਜੋ ਕੱਢ ਦੇ ਮੇਰਾ ਪੁੱਤ। ਉਹਦਾ ਮਸਲਾ ਜੀ ਮੋਟੇ ਦਾ। ਮੇਰਾ ਕੋਈ ਮਸਲਾ ਨਹੀਂ, ਮੈਂ ਆਪੇ ਹੱਲ ਕਰ ਲਾਂ। ਮਸਲਾ ਇਹ ਜੀ ਕਿ ਦੁਕਾਨਾਂ ਦੇ ਕਿਰਾਏ ਬਹੁਤ ਵੱਧ ਗਏ ਨੇ। ਇਹ ਤਾਂ ਸਹੀ ਕਹਿਣ ਦੀ ਆ ਵੈਸੀ ਚਾਚਾ। ਇਹ ਦੁਕਾਨਾਂ ਦੇ ਕਿਰਾਏ ਵੱਧ ਗਏ ਤੇ ਕਿਉਂ ਭਰਾਵਾਂ ਨੂੰ ਕੰਮ ਇਹੋ ਜਿਹੇ ਕਰਾ ਕੇ ਦਿੰਦੇ ਹੋ? ਤੇ ਮਸਕੀਨ ਲੋਕ ਹੋਰ ਕੀ ਕਰਨ ਜਨਾਬ? ਲੱਖਾਂ ਰੁਪਈਏ ਦੁਕਾਨ ਦੀ ਪੰਗੜੀ ਦੇਣੀ ਪਏ, ਲੱਖਾਂ ਦਾ ਸੌਦਾ ਸੁੱਟਣਾ ਪਏ। ਆ ਬੱਚਿਆਂ ਨੂੰ ਕੰਮ ਇਹੋ ਜਿਹਾ ਸਿਖਾਓ, ਟਾਲੀ ਨਾ ਕਿੱਲ ਠੋਕੋ, ਸ਼ੀਸ਼ਾ ਟੰਗੋ, ਕੰਮ ਸ਼ੁਰੂ। ਸੋਰੀ ਰਾਜ ਸਾਹਿਬ, ਉਹ ਮੇਰਾ ਪੁੱਤਰ ਹਮਾਮ ਚੋਂ ਬਾਹਰ ਆ ਗਿਆ ਮੇਰਾ ਪੁੱਤਰ। ਰਾਜ ਸਾਹਿਬ, ਨਹੀਂ 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 ਨਹੀਂ, ਮੇਰੇ ਕੋਲ ਨਹੀਂ ਨਹੀਂ ਜੀ ਮੇਰੇ ਕੋਲ ਕੋਈ। ਕੀ ਹੋਇਆ? ਕਹਿੰਦੀ ਮੈਨੂੰ ਆਪਣੀ ਫੋਟੋ ਦੇਖ ਲੱਗੋ। ਤੁਸੀਂ ਕੱਢ ਲਈ ਉਹਨੂੰ ਮਗਰ ਲਾਇਆ, ਉਹਨੂੰ ਸਹੀ ਗੱਲ ਕਿਉਂ ਨਹੀਂ ਦੱਸਦਾ? ਫੋਟੋ ਖਿਚਾ ਲਈ, ਇਹ ਧੋਣ ਵਾਲਾ ਨਹੀਂ ਮੰਨਣ ਡੇ ਆ। ਨਹੀਂ ਜੀ, ਐਸ ਨੂੰ ਕਿਹਾ ਫੋਟੋ ਖਿੱਚੋ, ਨਾਲ ਕਹਿੰਦਾ ਜੀ 20 ਰੁਪਏ ਦਾ ਸਰਫ ਵੀ ਲੈ ਦਿਓ। ਸਰ ਇੱਥੇ ਸੜਕਾਂ ਬਣਨੀਆਂ ਚਾਹੀਦੀਆਂ। ਬਹੁਤ ਅੱਛੀ ਕੀਤੀ, ਪਿੰਡ ਦੀਆਂ ਸਾਰੀਆਂ ਸੜਕਾਂ ਬਣਵਾਵਾਂਗੇ, ਇੱਕ ਸੜਕ ਨਹੀਂ ਕੱਚੀ ਰਹਿੰਦੀ। ਉਹ ਗਰੀਬ ਆਦਮੀ ਸਾਈਕਲਾਂ ਤੇ ਜਾਂਦੇ ਚੋਰੀ ਸਾਹਿਬ, ਮੂੰਹ ਤੇ ਘੱਟਾ ਮਿੱਟੀ ਪੈਂਦਾ, ਉਸ ਤਰ੍ਹਾਂ ਸਹੀ ਨਹੀਂ ਚੱਲਦਾ। ਓ ਮੇਰਿਆ ਪੁੱਤਰਾ, ਸਮਝ ਹਮਾਮ ਚੱਗ ਲੱਗ ਗਈ, ਉੱਥੇ ਨਹੀਂ ਮਿਲਣਾ। ਹੁਣ ਇਹੋ ਜਿਹੀ ਗੱਲ ਕਰਾਂ ਜਿਹਦੀ ਟਿੰਡ ਕਰਦੇ ਰਾਜੂ ਸਾਹਿਬ। ਮੇਰਾ ਵੀ ਇੱਕ ਮਸਲਾ। ਕੀ ਮਸਲਾ ਤੇਰਾ? ਪਿੰਡ ਦੇ ਵਿੱਚ ਮੇਰਾ ਖੋਤਾ ਚੋਰੀ ਹੋ ਗਿਆ। ਯਾਰ ਦੇਖੋ ਜਰਾ, ਉਹਦੀ ਕੋਈ ਨਿਸ਼ਾਨੀ? ਨਿਸ਼ਾਨੀ ਤੇ ਨਹੀਂ ਸੀ ਲਾਈ। ਕਿੰਨੇ ਦਾ ਲਿਆ ਸੀ? 3500 ਦਾ। 3500 ਖੋਤੇ ਦੇ ਖਰਚ ਲਿਆ, 60 ਦਾ ਉਸ ਤਰ੍ਹਾਂ ਲੈ ਕੇ ਨੂੰ ਟੱਕ ਲਾ ਦੇ, ਨਿਸ਼ਾਨੀ ਤੇ ਰਵੇ। ਓ ਬੇਟਾ, 60 ਦਾ ਉਸ ਤਰ੍ਹਾਂ ਜੋ ਉਹਨੂੰ ਦੱਸਣ ਦੀ ਹੈ, ਉਹਨੂੰ ਸਿੱਧਾ ਕਹੋ 2 ਰੁਪਏ ਦੀ ਮਹਿੰਦੀ ਲੈ ਕੇ ਈਦ ਮੁਬਾਰਕ ਲਈ ਚੜ ਉੱਤੇ। ਖੋਤੇ ਤੇ ਈਦ ਮੁਬਾਰਕ? ਤੇ ਖੋਤਾ ਈਦ ਵਾਲੇ ਦਿਨ ਛੁੱਟੀ ਤੇ ਹੁੰਦਾ। ਚੌਰੀ ਸਾਹਿਬ, ਅਗਰ ਇਜਾਜ਼ਤ ਦਿਓ ਹਾਂਜੀ, ਤੇ ਵਜ਼ੀਰ ਸਾਹਿਬ ਨੂੰ ਸਾਈਡ ਤੇ ਲਿਜਾ ਕੇ ਘੰਟਾ ਘਟਾਉਣੀ ਲਾ ਲਈਏ। ਤਬੀਅਤ ਠੀਕ ਹੋਈ? ਥੋੜੀ ਦੇਰ ਹੋਰ ਉਡੀਕ ਲਓ, ਨਾ ਸਹੀ ਹੋਇਆ ਤੇ ਫਿਰ ਇੱਥੇ ਹੀ ਸ਼ੁਰੂ ਹੋ ਜਾਏ। ਠੀਕ ਠੀਕ, ਕੋਈ ਸਾਰੀਆਂ ਗੱਲਾਂ ਛੱਡੋ, ਮੇਰਾ ਮਸਲਾ ਹੱਲ ਕਰੋ ਤੁਸੀਂ। ਕੀ ਮਸਲਾ ਤੇਰਾ? ਮਸਲਾ ਹੈ ਵੀ ਇੰਨੀ ਦੇਰ ਵੇਸ ਕਾਰਜ ਕੰਮ ਕਰਦੇ, ਮੇਰੀ ਤਨਖਾਹ ਵਧਵਾਓ। ਵਧਾਵਾਂਗੇ ਤੇਰੀ ਤਨਖਾਹ, ਪਰ ਤੂੰ ਛੱਡ ਦੇ ਇਸ ਗੱਲ ਨੂੰ। ਮੇਰਾ ਮਸਲਾ ਹੈ ਉਹ ਕੀ ਕਰੇ ਇਸ ਗੱਲ 'ਚ, ਮੇਰੇ ਕੋਲ ਮੁਲਾਜ਼ਮ ਹੈ ਤੈਨੂੰ। ਮਸਲਾ ਹੱਲ ਕਰੋ ਜੀ ਮੇਰਾ। ਤੇਰਾ ਮਸਲਾ ਜਾਨੀ ਕਿ ਨਹੀਂ ਇੱਥੋਂ? ਤੇਰਾ ਮੈਂ ਕਰਾਂ ਮਸਲਾ ਹੱਲ। ਕੀ ਹੋਇਆ ਬੇਟਾ? ਤੇਰਾ ਮੇਰਾ ਕੀ ਤਲਗਨਾ, ਤੂੰ ਸ਼ੇਵ ਕਰਾਉਣੀ ਨਾ ਕਟਿੰਗ ਕਰਾਉਣੀ? ਓ ਪੁੱਤਰ, ਬੇਟਾ ਸਿਆਣੇ ਕਹਿੰਦੇ ਨੇ ਹਮਾਮੋ ਸੇ ਆਗੇ ਜਹਾਂ ਔਰ ਵੀ। ਪਿੰਡ ਚ ਗੈਸ ਆਈ ਵੀ ਤੇ ਮੈਂ ਲੱਗਣੀ ਨੀ ਦੇਣੀ। ਪਿੰਡ ਚ ਗੈਸ ਆ ਗਈ, ਲੋਕਾਂ ਘਰ ਘਰ ਪਾਣੀ ਗਰਮ ਕਰਕੇ ਨਹਾ ਲੈਣਾ, ਹਮਾਮ ਤੇ ਕਿੰਨੇ ਜਾਣਾ? ਸਾਰਿਆਂ ਨੂੰ ਨਾਈ ਬਣਾ ਕੇ ਜਾਏ। ਚੋਰੀ ਸਾਹਿਬ ਇਜਾਜ਼ਤ ਦੇ ਦਿਓ, ਵਜ਼ੀਰ ਇੱਥੋਂ ਨਿਕਲਦਾ ਜਾਂਦਾ ਜੇ ਤੁਹਾਡੀ ਬੇਟੇ ਹਮਾਮ ਦੀ ਗੱਲ ਨਹੀਂ ਕਰਨੀ ਮੇਰਾ ਪੁੱਤ। ਓਏ ਗੱਲ ਸੁਣ, ਨਹੀਂ ਗੱਲ ਸੁਣ, ਓਏ ਸਾਰੇ ਸਾਰੇ ਮੁੱਕੇ ਵੱਟ ਲੋ, ਜੁੱਤੀਆਂ ਨੂੰ ਤੇਲ ਲਾ। ਚੋਰੀ ਸਾਹਿਬ ਖੋਖਰੋ ਤੇ ਪੁੱਛੀ ਜਾਂਦੀ ਕੌਣ ਦੇ ਖੋਖਰੋ ਨੇ ਖੋਖਰੋ।
ਖੋਖਰ ਹੁੰਦੇ ਨੇ, ਖੋਖਰ ਖੋ ਕੇ ਰੋਟੀ ਖਾਂਦੇ ਨੇ, ਖੋਖਰ ਹੁੰਦੇ ਨੇ। ਨਿਆਦ ਵੇ ਖੋਖਰ ਨਹੀਂ ਕਿ ਮੇਰੇ ਓਏ ਝੂਠ 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 ਕੀ ਹੈ ਗੈਰੀ ਆਸ਼ਿਕ ਬਣਾਇਆ ਆਪਨੇ ਆਸ਼ਿਕ ਬਣਾਇਆ ਹੋਰ ਕਿਸੇ ਦਾ ਕੋਈ ਮਸਲਾ ਤੇ ਨਹੀਂ ਹੈ। ਹਾਂ ਜੀ ਹੈ, ਆਵੇ ਪਿੰਡ ਦੇ ਵਿੱਚ ਸਰਦਾਰ ਕੋਨੀ ਚੋਰੀ ਸਾਹਿਬ ਕੋਈ ਮਸਲੇ ਨਹੀਂ ਸਰ। ਸਰਦਾਰ ਮੈਂ ਨਾਲ ਦੇ ਪਿੰਡ ਹੈ, ਸਰਦਾਰ ਨਹੀਂ ਪੈਣ ਦੇਣਾ। ਉਹ ਕਿਉਂ? ਉਹ ਛੋਟਾ ਜਿਹਾ ਪਿੰਡ ਚੋਰੀ ਸਾਹਿਬ, ਕਦੀ ਕਿਤੇ ਮੁੰਡਾ ਹੁੰਦਾ, ਅਸਾਂ 150 ਕਮਾਣਾ ਹੁੰਦਾ। ਮੇਰਾ ਪੁੱਤਰ ਇਥੋਂ ਤੱਕ ਨਹੀਂ ਵਜ਼ਾਰਤ ਕਰਨੀ, ਮੇਰਾ ਪੂਰਾ ਉਰਾ ਲੈਣਾ। ਆਪਣਾ ਵਜ਼ੀਰ ਸਾਹਿਬ, ਮੇਰਾ ਇੱਕ ਮਸਲਾ। ਕੀ? ਤੁਹਾਨੂੰ ਮਾਰਨਾ ਚਾਹੀਦਾ। ਨਹੀਂ ਨਹੀਂ, ਤਾਂ ਮਟਾ ਨਹੀਂ ਦੇ ਤੋਣੀ ਲੋ। ਜਾਹਲ ਆਦਮੀ ਪੁਲਿਸ ਆਈ ਹੈਗੀ ਆ, ਇੱਥੇ ਬੈਠੇ ਜੀ ਤੁਸੀਂ। ਹੋਰ ਕੋਈ ਕਿਸੇ ਦਾ ਮਸਲਾ ਹੈ ਤਾਂ ਦੱਸੋ। ਭਾਈ ਆਪਣਾ ਵਜ਼ੀਰ ਬਣ ਕੇ ਮੇਰੇ ਹਮਾਮ ਤੋਂ ਟੌੜੀਆਂ ਚੁੱਕਣ ਲੱਗ ਗਏ। ਨਿਕਲ ਨਿਕਲ ਬੇਟਾ, ਛੱਡਵਾ ਮਾਰ, ਛੱਡਵਾ ਮਾਰ, ਛੱਡਵਾ। ਚਾਰ ਦਰਜਣਾ ਮੰਗਾਈਆਂ, ਤਿੰਨ ਤੌਲੀਏ ਪਏ ਨੇ ਸਿਰਫ ਦੁਕਾਨ। ਬੈਠੋ ਬੈਠੋ, ਤੁਸੀਂ ਬੈਠੋ ਬੈਠੋ ਜੀ ਬੈਠੋ। ਕੱਪੜਾ ਲਿਆ ਯਾਰ, ਕੱਪੜਾ ਲਿਆ ਬੇਟੇ। ਉਹ ਇੰਟਰਵਿਊ ਲੈਣ ਆਈ ਹੈ, ਕਲਮਾ ਛੋਟ ਕੇ ਨਹੀਂ ਕਰਾਣ ਆਈ। ਕਿਆ ਹੋ ਗਿਆ ਆਪਕੋ? ਬਸ ਇੰਟਰਵਿਊ ਲੋ ਜੀ। ਹਮ ਨੇ ਆਪਕੋ ਆਪਕੋ ਮੁਬਾਰਕਬਾਦ ਦੇਣੀ ਹੈ, ਮੁਬਾਰਕ ਹੋ ਆਪਕੋ, ਆਪ ਵਜ਼ੀਰ ਹੋ ਗਏ ਹੈ। ਖੈਰ ਮੁਬਾਰਕ। ਏ ਆ ਵੇਖ ਕੌਣ ਬੁਆ ਖੜਕਾਣ ਦੇ ਆ। ਇੱਕ ਮਿੰਟ ਮੈਂ ਵੇ। ਬਹਿ ਜਾ ਬੇਟਾ, ਤੂੰ ਆਪੇ ਵੇਂਦਾ ਹੋ। ਵਜ਼ੀਰ ਉਧਰ ਤੂੰ ਹੀ ਹੈ। ਆ ਲੈ ਚੋਰੀ ਮਨ ਭਾਵੇ ਨਾ ਮਨ, ਸੱਜੀ ਸਾਈਡ ਤੋਂ ਭਾਰੇ ਨੀ ਤੇਰੇ ਤੇ। ਹੁਣ ਨੀ ਭਾਰੀ ਹੈ ਕੋਈ ਸਾਈਡ ਬੇਟਾ, ਤੂੰ ਕਿਉਂ ਉਹਦੀਆਂ ਸਾਈਡਾਂ ਵੇਖਣਾ? ਤੇਰੀ ਸਾਈਡ ਕੋਈ ਹੈ ਭਾਰੀ? ਤੂੰ ਆਪਣਾ ਸੋਚ ਬਸ ਮੇਰਾ। ਦੇਖੀ ਹਮਨੇ ਆਪਕਾ ਇੰਟਰਵਿਊ ਲੈਣਾ ਹੈ। ਲੋਈ ਲੋਈ ਵੀ ਇੰਟਰਵਿਊ ਲੈਣਾ, ਤੂੰ ਕਿਸੇ ਇੱਕ ਚੈਨਲ ਦੀ ਹੋਵੇ ਤਾਂ ਫਾਸੀ ਆ ਗਏ। ਤੇਰਾ ਸ਼ਡਿਊਲ ਨਹੀਂ ਬਦਲਿਆ, ਮੈਨੂੰ ਕਲਾ ਕਰਾਉਣ ਦੀ ਸਰ ਤੇ ਚੜਾ। ਉਹਨੂੰ ਕਹਿਣ ਦੀ ਮੁੰਡਾ ਮਾਰਨੇ ਕਿ ਤੂੰ ਵੀ ਕਿਧਰੇ ਵਾਸੀ ਯਾਦ ਆਵਾ ਕਰ ਇਸ ਗੱਲ ਨੂੰ। ਮੈਂ ਨਾਲ ਨਹੀਂ ਰੱਖਾ ਤਾ ਲਾ ਮਰੇ ਤੇਰਾ ਰੱਖਾ ਕਰਦੇ ਬੇਟਾ, ਇੰਟਰਵਿਊ ਹੋਣ ਦੀ ਆਪ ਇੱਕ ਨਾ ਇੱਕ ਲੈ ਕਿਧਰ ਲੈ ਕਿਆ ਸ਼ੁਰੂ ਕਰੋ ਜੀ। ਆਪ ਜੀ ਬਤਾਏ, ਆਪਕੋ ਵਜ਼ੀਰ ਬਣ ਕੇ ਕਿਹਦਾ ਮਹਿਸੂਸ ਹੋ ਰਿਹਾ? ਕੁਛ ਵੀ ਨਹੀਂ, ਵਿਹਲੇ ਹੱਡਾ ਹਰਾਮ ਆ। ਉਹ ਮੇਰਾ ਮਤਲਬ ਉਹ ਕਹਿ ਰਹੇ ਨੇ ਕਿ ਮਸਾਇਲ ਜਿਹੜੇ ਨੇ ਲੋਕਾਂ ਦੇ, ਹੁਣ ਹੱਲ ਕਰਾਂਗਾ ਤੇ ਫੇਰ ਕਿਧਰੇ ਰਾਏ ਕੰਮ ਤੇ ਲੱਗਾਂਗਾ ਨਾ ਜੀ। ਹੱਲੇ ਦੇ ਉਦੋਂ ਦਾ ਜਾਣ ਦੱਸੇ ਤੇ ਉਹ ਤੂੰ ਮੇਰੇ ਕੋਲ ਕੀ ਲੈਣਾ ਹੈ? ਇਹ ਪਤਾ ਨਹੀਂ ਚੋਰੀ ਤੇ ਕੰਨ ਵਿਖਾਉਣੇ ਚਾਹੁੰਦਾ ਟੀਵੀ ਤੇ। ਅੱਛਾ ਜੀ, ਕੋਲ ਕੋਲ ਬੈਠਾ। ਅੱਛਾ ਆਪ ਇਹ ਬਤਾਏ ਕਿ ਆਪ ਇਸੇ ਪਹਿਲੇ ਕੀ ਦਿੱਤੇ ਥੇ? ਦੱਸੀ ਨਾ ਦੱਸੀ ਪਹਿਲਾਂ ਅਸੀਂ ਕਿਸੇ ਨੂੰ ਕੁਰਸੀ ਤਾਂ ਬਿਠਾਉਂਦੇ, ਹੁਣ ਅਸੀਂ ਆਪ ਬਹਿ ਗਏ।